ਰਹੀਮ ਅਸਲਾਮ ਅਲੈਕੁਮ ਮੇਰੇ ਤਮਾਮ ਭੈਣਾਂ ਭਰਾਵਾਂ ਦਾ ਕੀ ਹਾਲ ਚਾਲ ਹੈ। ਉਮੀਦ ਕਰਨੀ ਆ ਤੁਸੀਂ ਵੀ ਠੀਕ ਠਾਕ ਹੋ, ਠੀਕ ਠਾਕ ਆ। ਸਾਡੀ ਦੋਵੇਂ ਹਮੇਸ਼ਾ ਭੈਣ ਭਾਈਆਂ ਦੇ ਨਾਲ ਨੇ। ਜਿੱਥੇ ਹੀ ਰਹੋ, ਖੁਸ਼ ਅਤੇ ਆਬਾਦ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਜੋ ਕਿ ਦਿਲ ਮੇਰਾ ਬਿਮਾਰ ਹੈ, ਅੱਲਾਹ ਪਾਕ ਨੂੰ ਸਿਹਤ ਤੰਦਰੁਸਤੀ ਦੇ, ਕਾਰੋਬਾਰ ਬਰਕਤ ਤੋਂ ਰਹਿਮਤ ਫਰਮਾਵੇ। ਔਰ ਜੋ ਕਿ ਬੇਉਲਾਦ ਅੱਲਾਹ ਪਾਕ ਨੂੰ ਅੱਲਾਹ ਪਾਕ ਨੂੰ, ਜੋ ਕਿ ਬੰਦਰਾ ਪਰੇਸ਼ਾਨ ਹੈ, ਅੱਲਾਹ ਪਾਕ ਨੂੰ ਪਰੇਸ਼ਾਨੀਆਂ ਦੂਰ ਫਰਮਾਵੇ। ਅੱਜ ਦਾ ਅੱਲਾਹ ਕਰਨੇ ਸ਼ੁਰੂ, ਅੱਲਾਹ ਪਾਕ ਦਾ ਨਾਮ ਲੈ, ਉਸ ਦਾ ਟਾਈਮ ਹੈਗਾ। ਅੱਜ ਭੈਣਾਂ ਬਾਈ ਨਾਲ ਨਾਸ਼ਤਾ ਜਿਹੜਾ ਹੈਗਾ, ਅੱਜ ਅਸੀਂ ਨਾਲ ਨਾਸ਼ਤਾ ਜਿਹੜਾ ਹੈਗਾ ਉਹ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਸੀ ਭੈਣਾਂ ਬਾਈ ਨਾਲ। ਮੈਂ ਕਿਹਾ ਤੁਸੀਂ ਕਹੋਗੇ ਵੀ ਰੋਜ਼ ਨਾ ਸੁਬਹ ਸੁਬਹ ਉੱਠਦੇ ਨਾਸ਼ਤਾ ਹੀ, ਕਿਉਂਕਿ ਵੀ ਖਾਈ ਰੱਖਦੇ ਨੇ ਸਾਨੂੰ, ਅਤੇ ਤਾਂ ਵਾਸਤੇ ਨਾ ਅਸੀਂ ਅੱਜ ਨਾਸ਼ਤੇ ਦੀ ਰੂਟੀਨ ਨਹੀਂ ਵੀ ਖਾਈ, ਉਹ ਤੁਹਾਨੂੰ ਸੁਬਹ ਵੀ ਖਾਵਾਂਗੇ, ਅਤੇ ਨਾ ਬਰਤਨ ਜਿਹੜੇ ਹੈਗੇ ਨਾ ਉਹ ਮੰਗਵਾਉਣੀਆਂ ਨੇ ਮੇਕੇ ਅਤੇ ਧੋ ਲਿਆ, ਕਿਉਂਕਿ ਉੱਥੇ ਮੈਂ ਇਕੱਠੇ ਕਰਕੇ ਰੱਖੇ ਨੇ ਅਤੇ ਹੁਣ ਬਰਤਨ ਕਿਉਂਕਿ ਧੋ ਲਿਆਵਾਂਗੀ, ਅਤੇ ਬਰਤਨ ਜਿਹੜੇ ਸਮੇਟ ਲੈਣੇ, ਅਤੇ ਬਾਕੀ ਨਾ ਜਿਹੜੇ ਹੈਗੇ ਨੇ ਪਏ ਨੇ, ਅਤੇ ਦਵਾਈ ਜਿਹੜੀ ਹੈਗੀ ਨੇ ਮੇਰੀ ਐਲਰਜੀ ਦੀ ਉਹ ਵੀ ਮੈਂ ਲੈ ਲਈ, ਅਤੇ ਗੋਲੀਆਂ ਨਾ ਖਤਮ ਹੋ ਗਈਆਂ, ਇਹ ਹੁਣ ਨਵੀਆਂ ਨਾ ਫਿਰ ਲਈ ਸਕ, ਕਿਉਂਕਿ ਹੱਥਾਂ ਨੂੰ ਨਾ ਫਰਕ ਹੀ ਨਹੀਂ ਪੈਂਦਾ ਪਿਆ ਐਲਰਜੀ ਨਾਲ, ਨਾ ਉਵੇਂ ਦਾਣੇ ਜਿਹੜੇ ਹੈਗੇ ਨਾ ਭਰੇ ਰਹਿੰਦੇ ਨੇ, ਛਾਲੇ ਵਗੈਰਾ ਇਹਦੇ ਵਿੱਚ ਵੇਖ ਲਓ ਪੀਲਾ ਉਵੇਂ ਨਜ਼ਰ ਆ ਰਿਹਾ, ਕਿਉਂਕਿ ਠੀਕ ਹੀ ਨਹੀਂ ਹੱਥ ਹੋ ਰਿਹਾ, ਪਤਾ ਨਹੀਂ ਨਾ ਕੀ ਮਸਲਾ ਬਣਿਆ। ਫਿਰ ਤਾਂ ਅੱਲਾਹ ਪਾਕ ਰਹਿਮਤ ਕਰੇ ਸਾਡਿਆਂ 'ਤੇ, ਇੱਕ ਨਾ ਖਾਂਸੀ ਵਗੈਰਾ, ਅਤੇ ਨਾ ਤਬੀਅਤ ਜਿਹੜੀ ਹੈਗੀ ਨਾ ਉਹ ਵੀ ਖਰਾਬ ਹੋਈ ਖੜੀ, ਕੋਈ ਦਵਾਈ ਜਿਹੜੀ ਹੈਗੀ ਨਾ ਉਹ ਲਵਾਂਗੀ ਆਪਣੇ ਵਾਸਤੇ, ਕਿ ਇਹ ਸਾਰੇ ਐਲਰਜੀ ਦੇ ਨਿਸ਼ਾਨ ਹੈਗੇ ਨੇ। ਇਹ ਵੇਖ ਸਕਦੇ ਹੋ ਤੁਸੀਂ ਵੀ ਐਲਰਜੀ ਹੈ, ਇਸ ਤਰ੍ਹਾਂ ਲਾਲ ਜਿਹੜੇ ਦਾਣੇ ਹੈਗੇ ਨੇ, ਇਸ ਤਰ੍ਹਾਂ ਐਲਰਜੀ ਜਿਹੜੀ ਹੈਗੀ ਨਾ ਮੇਰੇ ਜਿਸਮ ਸਾਰੇ 'ਤੇ ਬਣ ਜਾਂਦੀ। ਹਾਂਜੀ, ਅਤੇ ਇਹਨਾਂ ਬਰਤਨ ਜਿਹੜੇ ਹੈਗੇ ਨਾ ਉਹ ਮੈਂ ਧੋ ਕੇ ਲੈ ਆਉਂਦੇ ਨੇ, ਕਿਉਂਕਿ ਬਹੁਤ ਇੰਨਾ ਪਾਣੀ ਦੀ ਮੁਸ਼ਕਲ ਬਣ ਜਾਂਦੀ, ਉਹਦੇ ਥੋੜ੍ਹੇ ਥੱਲੇ ਗਵਾਂਢੀਆਂ। ਹਾਂਜੀ, ਅਤੇ ਨਾ ਬਰਤਨ ਜਿਹੜੇ ਹੈਗੇ ਨਾ ਉਹ ਮੈਂ ਧੋ ਕੇ ਰੱਖ ਦਿੱਤੇ ਨੇ, ਅਤੇ ਗਵਾਂਢੀਆਂ ਦੇ ਨਲਕੇ 'ਤੇ ਕਿਉਂਕਿ ਧੋਤੇ ਨੇ, ਕਿਉਂਕਿ ਸਾਡੇ ਘਰ ਤਾਂ ਪਾਣੀ ਹੈਗਾ ਨਹੀਂ, ਹੁਣ ਜਿਹੜੀ ਟੈਂਕੀ ਹੈਗੀ ਨਾ ਉਹ ਵੀ ਮੈਂ ਭਰ ਲੈਂਦੀ ਹਾਂ, ਅਤੇ ਵਾਸ਼ਰੂਮ ਵੀ ਧੋਣਾ ਔਰ ਖਾਡਾ ਵੀ ਧੋਣਾ, ਕਿਉਂਕਿ ਉਹ ਵੀ ਭਰ ਕੇ ਪਾਣੀ ਧੋ ਲੈਂਦੀ ਹਾਂ, ਔਰ ਗਵਾਂਢੀਆਂ ਦੇ ਨਲਕੇ ਤੋਂ ਭਰਨਾ ਹੁੰਦਾ ਪਾਣੀ, ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿੱਥੋਂ ਪਾਣੀ ਭਰ ਕੇ ਲਿਆਉਣਾ, ਕਿਉਂਕਿ ਉਹ ਮਿਹਨਤ ਕਰਦੇ ਨੇ ਵੀ ਸਾਡੇ ਨਲਕੇ 'ਚ ਪਾਣੀ ਨਾ ਭਰੋ, ਸਾਡਾ ਨਲਕਾ ਟੁੱਟ ਜਾਏਗਾ, ਫਿਰ ਵੀ ਉਹਨਾਂ ਦੀ ਮਿਹਨਤ ਕਰਨੀ ਆ ਕਿ ਅੱਲਾਹ ਪਾਕ ਉਹਨਾਂ ਨਾਲ ਰਹਿਮਤ ਕਰੇ ਕਿ ਉਹ ਸਾਨੂੰ ਉਹ ਪਾਣੀ ਭਰਨ ਦੇਣ, ਅਤੇ ਕਹਿੰਦੇ ਵੀ ਸਾਡਾ ਨਲਕਾ ਟੁੱਟ ਗਿਆ ਤੁਸੀਂ ਸਾਨੂੰ ਬਣਵਾ ਕੇ ਦੇਣਾ, ਮੈਂ ਸਾਡੇ ਕੋਲ ਆਪਣਾ ਨਲਕਾ ਤਾਂ ਬਣ ਨਹੀਂ ਰਿਹਾ, ਅਤੇ ਤੁਹਾਨੂੰ ਵੀ ਬਾਜੀ ਅਸੀਂ ਕਿੱਥੋਂ ਬਣਵਾ ਕੇ ਦੇਵਾਂਗੇ, ਫਿਰ ਬੱਚਿਆਂ ਨੂੰ ਨਹੀਂ ਗੇੜਨ ਦੇਣੀ, ਮੈਂ ਆਪ ਹੀ ਗੇੜਨੀ ਹਾਂ, ਕਿਉਂਕਿ ਅਸਨੈਣ ਸੁਨੈਣ ਚਲੇ ਗਏ ਨੇ ਸਕੂਲ, ਅਤੇ ਮੈਂ ਜਿਹੜੀਆਂ ਨਾ ਪਾਣੀ। ਹਾਂਜੀ, ਅਤੇ ਨਾ ਮੈਂ ਦੂਸਰੇ ਬਰਤਨ ਨਾ ਧੋ ਕੇ ਲੈ ਆਉਂਦੀ ਸੀ, ਅਤੇ ਇਹ ਪਾਣੀ ਵਾਲਾ ਕੂਲਰ ਜਿਹੜਾ ਹੈਗਾ ਨਾ ਇਹ ਵੀ ਗੰਦਾ ਬਹੁਤ ਹੋਇਆ ਪਿਆ ਸੀ, ਕਿਉਂਕਿ ਇਹ ਵਿੱਚੋਂ ਵੀ ਕਾਫੀ ਦਿਨ ਹੋ ਗਏ ਨਹੀਂ ਧੋਤਾ, ਅਤੇ ਹੁਣ ਇਹਨੂੰ ਮੈਂ ਧੋ ਕੇ ਲੈ ਆਉਂਦੀ ਹਾਂ, ਔਰ ਫਿਰ ਨਾ ਬਾਈ ਕੋਲ ਫਿਲਟਰ ਦਾ ਪਾਣੀ ਜਿਹੜਾ ਹੈਗਾ ਨਾ ਉਹ ਵੀ ਇਸ ਕੂਲਰ ਦੇ ਵਿੱਚ ਲੈ ਲਵਾਂ, ਕਿਉਂਕਿ ਸਾਡੇ ਤਾਂ ਪਾਣੀ ਨਾ ਖਰਾਬ ਹੈ ਜਿਹੜੇ ਨਲਕਿਆਂ ਦੇ ਵਿੱਚ ਸਮੈਲ ਆਉਂਦੀ, ਅਤੇ ਤਾਂ ਵਾਸਤੇ ਮੈਂ ਧੋ ਕੇ ਰੱਖ ਦਿੰਦੀ ਹਾਂ, ਬਾਈ ਆਉਣ ਵਾਲਾ ਪਾਣੀ ਵਾਲਾ, ਫਿਰ ਪਾਣੀ ਅਸੀਂ ਲੈ ਲਵਾਂਗੇ ਉਹਦੇ ਕੋਲ, ਅਤੇ ਉੱਥੇ ਮੈਂ ਨਲਕੇ 'ਤੇ ਜਾ ਕੇ ਧੋਣਾ ਜਿੱਥੇ ਨਾ ਮੈਂ ਕੂਲਰ ਜਿਹੜਾ ਹੈਗਾ ਨਾ ਉਹ ਧੋ ਕੇ ਆ ਗਈ, ਅਤੇ ਹੁਣ ਪਾਣੀ ਜਿਹੜਾ ਹੈਗਾ ਨਾ ਉਹ ਭਰਨ ਲੱਗੀ ਟੈਂਕੀ 'ਚ, ਨਾ ਪਾਣੀ ਥੋੜ੍ਹਾ ਜਿਹਾ ਘੱਟ ਹੋਇਆ ਪਿਆ, ਅਤੇ ਮੈਂ ਕਿਹਾ ਬਾਹਰ ਲੈਂਦੀ ਹਾਂ, ਫਿਰ ਬੱਚੇ ਡੋਲੀ ਰੱਖਦੇ ਨੇ, ਔਰ ਖਾਡੇ ਜਿਹੜੇ ਹੈਗੇ ਨੇ ਇਹਨਾਂ ਵਿੱਚ ਵੀ ਬਹੁਤ ਜ਼ਿਆਦਾ ਮਿੱਟੀ ਹੈਗੀ, ਬੱਚੇ ਵਿੱਚ ਪੈਰ ਧੋਂਦੇ ਨੇ, ਅਤੇ ਮੈਂ ਪਾਣੀ ਜਿਹੜਾ ਹੈਗਾ ਨਾ ਉਹ ਭਰ ਕੇ ਵਿੱਚ ਪਾ ਦੇਣੀ ਇਹਦੇ ਟੈਂਕੀ, ਉਹ ਟੈਂਕੀ ਵੀ ਭਰ ਲੈਂਦੀ ਹਾਂ, ਔਰ ਵਾਸ਼ਰੂਮ ਵੀ ਧੋ ਲਵਾਂਗੀ, ਅਤੇ ਫਿਰ ਇਹ ਜਿਹੜਾ ਹੈਗਾ ਨਾ ਖਾਡਾ, ਕਿਉਂਕਿ ਇਹ ਵੀ ਨਾ ਬਹੁਤ ਮਿੱਟੀ ਨਾਲ ਨਾ ਖਰਾਬ ਹੋਇਆ ਪਿਆ, ਇਹ ਵੀ ਧੋ ਲਵਾਂਗੀ ਝਾੜੂ ਮਾਰ ਕੇ, ਪਹਿਲੇ ਮੈਂ ਨਾ ਪਾਣੀ ਭਰ ਕੇ ਲੈ ਆਉਂਦੀ ਹਾਂ, ਕਿਉਂਕਿ ਨਾ ਇਹਨਾਂ ਦਾ ਵੀ ਨਲਕਾ ਨਾ ਦੂਰ ਨਹੀਂ ਹੈਗਾ ਟੁੱਟਣ ਵਾਲਾ, ਅਤੇ ਤਾਂ ਵਾਸਤੇ ਕਹਿੰਦੇ ਪਾਣੀ ਸਾਡੇ ਨਲਕਾ ਨੂੰ ਟੁੱਟਣਾ ਜਾਂਦਾ, ਤਾਂ ਵਾਸਤੇ ਔਰ ਇਹਨਾਂ ਦੀ ਨਾ ਮਿਹਰਬਾਨੀ ਜੋ ਸਾਨੂੰ ਪਾਣੀ ਭਰਨ ਦਿੰਦੇ ਨੇ, ਅਤੇ ਮੈਨੂੰ ਨਾ ਇਹ ਕਰਦੇ ਸਾਡਾ ਟੁੱਟ ਨਾ ਜਾਏ,
ਮੇਰੇ ਬੱਚਿਆਂ ਨੂੰ ਮੈਂ ਨਹੀਂ ਗੇੜਾ ਦਿੰਦੀ ਔਰ ਆਪ ਇਸੇ ਵਕਤ ਨੂੰ ਮੈਂ ਗੇੜਦੀ ਹਾਂ ਪਾਣੀ ਨਾ ਬਹੁਤ ਜ਼ਿਆਦਾ ਟੈਂਕੀ ਜਿਹੜੀ ਹੈਗੀ ਨਾ ਉਹ ਮੈਂ ਭਰ ਲਈ ਬਿਲਕੁਲ ਅਤੇ ਟੈਂਕੀ ਵਿੱਚ ਨਾ ਬਸ ਕਰਤੀ ਕਿਉਂਕਿ ਟੈਂਕੀ ਪਾਣੀ ਦੀ ਨਾ ਫੁੱਲ ਹੋ ਗਈ ਅਤੇ ਹੁਣ ਖਾੜਿਆਂ ਵਾਸਤੇ ਪਾਣੀ ਭਰ ਲਿਆ ਟੈਂਕੀ ਜਿਹੜੀ ਹੈਗੀ ਨਾ ਉਹ ਮੈਂ ਭਰ ਲਈ ਅਤੇ ਨਾ ਖਾੜੇ ਵਾਸਤੇ ਪਾਣੀ ਭਰ ਕੇ ਲੈ ਆਉਂਦਾ ਔਰ ਬਾਅਦ ਚੋਂ ਜਿਹੜਾ ਹੈਗਾ ਨਾ ਉਹ ਵੀ ਧੋ ਲਵਾਂਗੀ ਸਾਰਾ ਨਾ ਕਿਉਂਕਿ ਗੰਦਾ ਹੋਇਆ ਅੱਛੇ ਤਰੀਕੇ ਨਾਲ ਕਿਉਂਕਿ ਨਾ ਵਿੱਚੋਂ ਬੱਚੇ ਜਿਹੜੇ ਹੈਗੇ ਨਾ ਉਹਨਾਂ ਦੇ ਪੈਰ ਗੰਦੇ ਹੁੰਦੇ ਨੇ ਮਿੱਟੀ ਵਾਲੇ ਅਤੇ ਨਾ ਉਹ ਵਿੱਚ ਵੜ ਜਾਂਦੇ ਖਾ ਲਿਆ ਸਫਾਈ ਜਿਹੜੀ ਹੈਗੀ ਸਾਰਿਆਂ ਨੂੰ ਅੱਗੇ ਸੇਂਦਰੀ ਕੀਤੀ ਵਿਹੜੇ ਮੇਰੀ ਥੋੜ੍ਹ ਇੱਥੋਂ ਕਾਰੀਆਂ ਕਿਉਂਕਿ ਮੈਂ ਇਹ ਜਾਲੀ ਜਿਹੜੀ ਹੈਗੀ ਮੈਂ ਇਹ ਲਵਾਈ ਸੀ ਅਸੀਂ ਵੀ ਪਾਈਪ ਜਿਹੜੇ ਹੈਗੇ ਨਾ ਉਹ ਬੰਦ ਨਾ ਹੋ ਜਾਣ ਇਹ ਜਿਹੜੇ ਖਾਖ ਵਗੈਰਾ ਹੈਗੇ ਨਾ ਇਹ ਫਿਰ ਅਸੀਂ ਚੋਕ ਲੈਂਦੇ ਹਾਂ ਉੱਥੋਂ ਇਸ ਜਾਲੀ ਦਾ ਨਾ ਬਹੁਤ ਹੀ ਜ਼ਿਆਦਾ ਕਿਉਂਕਿ ਫਾਇਦਾ ਹੈਗਾ ਵਾਸ਼ਰੂਮ ਵਿੱਚ ਵੀ ਲਵਾਈ ਸੀ ਅਤੇ ਇੱਥੇ ਫਿਰ ਮੈਂ ਪਾਈਪ ਚਲੀ ਹਾਂਜੀ ਅਤੇ ਨਾ ਮੈਂ ਜਿਹੜੇ ਖਾਡੇ ਹੈਗੇ ਨਾ ਉਹ ਪਾਣੀ ਪਾ ਕੇ ਲੈ ਆਉਂਦਾ ਔਰ ਇਹ ਨਾ ਛੋਟਾ ਸਾਰਾ ਸਾਡਾ ਨਾ ਕਿਉਂਕਿ ਮਹਿਮਾਨ ਹੈਗਾ ਔਰ ਮੇਰੇ ਨਾ ਬਾਈ ਦਾ ਬੇਟਾ ਹੈਗਾ ਕਿਉਂਕਿ ਇਹ ਵੀ ਆਇਆ ਕੱਲ੍ਹ ਦਾ ਆਏ ਹੋਏ ਨੇ ਅਤੇ ਕੱਲ੍ਹ ਕਿਉਂਕਿ ਨਾ ਵੀਡੀਓ ਨਹੀਂ ਬਣਾਈ ਅੱਜ ਮੈਂ ਨਹੀਂ ਬਣਾ ਰਹੀ ਕਿਉਂਕਿ ਛੋਟਾ ਮੇਰੇ ਨਾਲ ਬਾਈ ਦਾ ਹੈਗਾ ਬੇਟਾ ਕਿਉਂਕਿ ਇਹਦੀ ਜਿਹੜੀ ਅੰਮੀ ਹੈਗੀ ਉਹ ਨਹੀਂ ਹੈਗੀ ਅਤੇ ਮੇਰੀ ਜਿਹੜੀ ਅੰਮੀ ਹੈਗੀ ਨਾ ਇਹਦੀ ਦਾਦੋ ਸਮਝੋ ਉਹ ਹੀ ਇਹਨੂੰ ਪਾਲਦੀ ਪੋਸਦੀ ਹੈਗੀ ਕਿਉਂਕਿ ਇਹਦੀ ਅੰਮੀ ਨਹੀਂ ਹੈਗੀ ਕਿਉਂਕਿ ਸਾਬਣ ਜਿਹੜਾ ਹੈਗਾ ਨਾ ਉਹ ਵੀ ਲੈਣ ਦਾ ਪਾਣੀ ਜਿਹੜਾ ਹੈਗਾ ਨਾ ਉਹ ਵੀ ਬਾਹਰ ਲਿਆ ਕਮੀਜ਼ ਇਹਦੀ ਨਾਲ ਲਾਹ ਕੇ ਨਾ ਅਤੇ ਇੱਥੇ ਨਵਾ ਲੈਂਦੀ ਹਾਂ ਔਰ ਕੱਪੜੇ ਜਿਹੜੇ ਹੈਗੇ ਨਾ ਉਹ ਵੀ ਇਹਦੇ ਕਿਉਂਕਿ ਦੋ ਦਿਨ ਨਵਾ ਲਿਆ ਔਰ ਕੱਪੜੇ ਜਿਹੜੇ ਹੈਗੇ ਨਾ ਉਹ ਵੀ ਇਹਨੂੰ ਛੋਟੇ ਸਮਨੈਣ ਦੇ ਪਵਾਏ ਨੇ ਕਿਉਂਕਿ ਇਹਦੇ ਕੱਪੜੇ ਜਿਹੜੇ ਹੈਗੇ ਨਾ ਉਹ ਮੈਂ ਵੇਖ ਰੱਖ ਦਿੱਤੇ ਨੇ ਉਹ ਦੋ ਦੇਵਾਂਗੀ ਔਰ ਸੋਗੇ ਨਾ ਫਿਰ ਇਹਨੂੰ ਕਿਉਂਕਿ ਉਹ ਕੱਪੜੇ ਪਵਾ ਦੇਵੀ ਕਿਉਂਕਿ ਇਹ ਬਿਸਕੁਟ ਜਿਹੜਾ ਹੈਗਾ ਨਾ ਉਹ ਵੀ ਇਹਨੂੰ ਲੈ ਜਾਂਦੀ ਤੈਨੂੰ ਬਿਸਕੁਟ ਖਾ ਲਾ ਠੀਕ ਹੈ ਅਤੇ ਇੰਨਾ ਤੇਲ ਜਿਹੜਾ ਹੈਗਾ ਨਾ ਉਹ ਵੀ ਸਿਰ 'ਤੇ ਲਾਉਂਦੇ ਹਾਂ ਨਾ ਮੈਂ ਜਿਹੜਾ ਕੰਮ ਹੈਗਾ ਨਾ ਉਹ ਸਾਰਾ ਕਰ ਲਿਆ ਅਤੇ ਨਾ ਹੁਣ ਜਿਹੜਾ ਹੈਗਾ ਨਾ ਸਾਲਨ ਉਹ ਬਣਾਉਣ ਲੱਗੀ ਹਾਂ ਕਿਉਂਕਿ ਬੱਚੇ ਜਿਹੜੇ ਹੈਗੇ ਨਾ ਉਹ ਵੀ ਸਕੂਲੋਂ ਆਉਣ ਵਾਲੇ ਨੇ ਅਤੇ ਇਹ ਆਲੂ ਗੋਭੀ ਜਿਹੜੀ ਹੈਗੀ ਨਾ ਉਹ ਲਈ ਆਲੂ ਜਿਹੜੇ ਹੈਗੇ ਨਾ ਉਹ ਇਹ ਰੱਖ ਦਿੱਤੇ ਨੇ ਆਲੂ ਜਿਹੜੇ ਹੈਗੇ ਨਾ ਉਹ ਸ਼ਾਮ ਨੂੰ ਬਣਾ ਲਵਾਂਗੇ ਅਤੇ ਗੋਭੀ ਜਿਹੜੀ ਹੈਗੀ ਨਾ ਉਹ ਤਾਂ ਹੁਣ ਸਾਲਨ ਬਣਾ ਲੈਂਦੇ ਹਾਂ ਅਤੇ ਆਲੂਆਂ ਦਾ ਨਾ ਸ਼ਾਮ ਨੂੰ ਸਾਲਨ ਅਸੀਂ ਬਣਾ ਲਵਾਂਗੇ ਸ਼ੋਰਬੇ ਵਾਲਾ ਅਤੇ ਮੈਂ ਕਿਹਾ ਬਿਨਾਂ ਬੱਚੇ ਵੀ ਆਉਣ ਵਾਲੇ ਨੇ ਅਤੇ ਉਹਨਾਂ ਦੇ ਆਉਣ ਤੋਂ ਪਹਿਲੇ ਵੀ ਬਣਾ ਲੈਣੀ ਆ ਰੋਟੀ ਸਾਲਨ ਔਰ ਇਹ ਚੁੱਲ੍ਹੇ 'ਤੇ ਨਾ ਸ਼ਾਮ ਹੀ ਅਜੇ ਹੈਗੀ ਫਿਰ ਨਾ ਦੁੱਖ ਕਿਉਂਕਿ ਆ ਜਾਂਦੀ ਚੁੱਲ੍ਹੇ 'ਤੇ ਔਰ ਫਿਰ ਨਾ ਗਰਮੀ 'ਚ ਬੈਠਿਆ ਨਹੀਂ ਜਾਂਦਾ ਕਿਉਂਕਿ ਮੈਨੂੰ ਨਾਲ ਕਿਉਂਕਿ ਐਲਰਜੀ ਵੀ ਹੈਗੀ ਤਾਂ ਵਾਸਤੇ ਮੈਂ ਜਲਦੀ ਨਾਲ ਬਣਾ ਲੈਣੀ ਹਾਂਜੀ ਅਤੇ ਨਾ ਸਾਲਨ ਜਿਹੜਾ ਹੈਗਾ ਨਾ ਉਹ ਆਲੂ ਗੋਭੀ ਜਿਹੜੀ ਹੈਗੀ ਨਾ ਉਹ ਮੈਂ ਕੱਢ ਕੇ ਉੱਤੇ ਰੱਖ ਦਿੱਤਾ ਸਾਲਨ ਗੋਭੀ ਦਾ ਪਹਿਲਾਂ ਜਿਹੜੇ ਆਲੂ ਹੈਗੇ ਸੀ ਨਾ ਉਹ ਰੱਖ ਦਿੱਤੇ ਨਾ ਖਾਲੀ ਗੋਭੀ ਜਿਹੜੀ ਹੈਗੀ ਨਾ ਉਹਨਾਂ ਦਾ ਸਾਲਨ ਬਣਾਉਣ ਲੱਗਿਆ ਅਤੇ ਆਲੂ ਜਿਹੜੇ ਹੈਗੇ ਨਾ ਇਹ ਦੋ ਇਹ ਰੱਖ ਦਿੱਤੇ ਮੈਂ ਕਿਹਾ ਸ਼ਾਮ ਨੂੰ ਅਸੀਂ ਨਾ ਇਹਨਾਂ ਦਾ ਸਾਲਨ ਬਣਾ ਲਵਾਂਗੇ ਆਲੂਆਂ ਦਾ ਕਿਉਂਕਿ ਬੱਚੇ ਜਿਹੜੇ ਹੈਗੇ ਨਾ ਫਿਰ ਰੋਟੀ ਖੁਸ਼ਕ ਰੋਟੀ ਨਾ ਫਿਰ ਨਹੀਂ ਖਾਂਦੇ ਅਤੇ ਫਿਰ ਮੈਂ ਕਿਹਾ ਸ਼ਾਮ ਨੂੰ ਬਣਾ ਲਵਾਂਗੇ ਅਤੇ ਇਹ ਜਿਹੜੇ ਹੈਗੇ ਨਾ ਦੁਪਹਿਰ ਨੂੰ ਬੱਚੇ ਆ ਕੇ ਸਕੂਲੋਂ ਖਾ ਲੈਣਗੇ ਰੋਟੀ ਅਸੀਂ ਵੀ ਖਾ ਲਵਾਂਗੇ ਅਤੇ ਖਾ ਲਵੇ ਹਾਲੇ ਸਕੂਲੋਂ ਨਹੀਂ ਆਏ ਸਨੈਣ ਸਨੈਣ ਮੈਂ ਤਾਂ ਬਣਾ ਕੇ ਰੱਖ ਹੈਗੇ ਨਾ ਉਹ ਵੀ ਆ ਗਏ ਨੇ ਪੜ੍ਹ ਕੇ ਅਤੇ ਮੈਂ ਸਾਲਨ ਜਿਹੜਾ ਹੈਗਾ ਨਾ ਹਾਲੇ ਬਣਾ ਰਹੀ ਹਾਂ ਅਤੇ ਸਨੈਣ ਸਨੈਣ ਛੋਟਾ ਆ ਗਿਆ ਅਤੇ ਜਿਹੜਾ ਵੱਡਾ ਹੈਗਾ ਨਾ ਉਹ ਪਿੱਛੇ ਕਹਿ ਰਿਹਾ ਵੀ ਆ ਰਿਹਾ ਅਤੇ ਜਲਦੀ ਨੱਸ ਕੇ ਆ ਗਏ ਇਹ ਗੱਲ ਉਹ ਵੀ ਆ ਰਿਹਾ ਹਾਂਜੀ ਅਤੇ ਨਾ ਰੋਟੀ ਸਾਲਨ ਜਿਹੜਾ ਹੈਗਾ ਨਾ ਉਸ ਬਣਾ ਲਿਆ ਸੀ ਅਤੇ ਨਾ ਬੱਚਿਆਂ ਜਿਹੜਾ ਰੋਟੀ ਥੋੜ੍ਹੀ ਜਿਹੀ ਖਾਧੀ ਸੀ ਕਿਉਂਕਿ ਸਾਲਨ ਹੀ ਬਣਾਇਆ ਅਤੇ ਰੋਟੀਆਂ ਜਿਹੜੀਆਂ ਹੈਗੀਆਂ ਨਾ ਉਹ ਸਾਡੀਆਂ ਸੁਭਣ ਵਾਲੀਆਂ ਪਈਆਂ ਸੀ ਅਤੇ ਨਾ ਸਾਡੇ ਗੁਆਂਢੀਆਂ ਦਾ ਨਾ ਖਤਮ ਹੈਗਾ ਸੀ ਅਤੇ ਨਾ ਮਛਲ ਉਹਨਾਂ ਨੇ ਚਾਵਲ ਕਿਉਂਕਿ ਦਿੱਤੇ ਸੀ ਔਰ ਜ਼ਰਦਾ ਅਤੇ ਨਾ ਪੁਲਾਅ ਅਤੇ ਸਨੈਣ ਵੀ ਉਹ ਹੀ ਖਾ ਰਿਹਾ ਅਤੇ ਔਰ ਸਨੈਣ ਹੀ ਖਾ ਰਿਹਾ ਅਤੇ ਸਾਲਨ ਜਿਹੜਾ ਹੈਗਾ ਨਾ ਉਹ ਫਿਰ ਅਸੀਂ ਰੱਖ ਦਿੱਤਾ ਸੀ ਮੈਂ ਕਿਹਾ ਅਸੀਂ ਨਾ ਸ਼ਾਮ ਨੂੰ ਉਹ ਹੀ ਖਾ ਲਵਾਂਗੇ ਅਤੇ ਆਲੂ ਜਿਹੜੇ ਹੈਗੇ ਨੇ ਉਹ ਅਸੀਂ ਫਿਰ ਸੁਬਹ ਬਣਾ ਲਵਾਂਗੇ ਮਿਹਨਤ ਕਰਨੇ ਅੱਜ ਦਾ ਵਲਾਗ ਮੇਰੇ ਭੈਣ ਭਰਾਵਾਂ ਸਾਡਾ ਜ਼ਰੂਰ ਪਸੰਦ ਸਾਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਸਾਡੀ ਵੀਡੀਓ ਐਂਡ 'ਤੇ ਵੇਖੋ ਥੋੜ੍ਹਾ ਅੱਜ ਦੇ ਵਲਾਗ ਵੀ ਇੱਥੇ ਚਾਹਵਾਂਗੇ ਜਦੋਂ ਸੁਬਹ ਮਿਲਾਂਗੇ ਅੱਛੇ ਵਲਾਗ ਨਾਲ
ਅੱਲਾ ਹਾਫਿਜ਼।